ਫਸਲਾਂ ਪੱਕੀਆਂ ਨੇ, ਉੱਪਰੋਂ ਬਿਜਲੀ ਕੜ ਕੜ ਕੜਕੇ ਇੱਕ ਫਸਲਾਂ ਪੱਕੀਆਂ ਨੇ, ਉੱਪਰੋਂ ਬਿਜਲੀ ਕੜ ਕੜ ਕੜਕੇ ਮੇਰੇ ਦਾਤਿਆ ਮੇਰ ਕਰ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਹੋਏ ਦਾਤਿਆ ਮੇਰ ਕਰ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਕਿੰਨਾ ਵੀ ਪਾਇਆ ਸੀ ਕਿੰਨਾ ਵੀ ਪਾਇਆ ਸੀ ਕਿੰਨੇ ਰੇ ਤੇਲ ਤੇ ਲੱਗੇ ਓਏ ਕਿੰਜ ਮਿੰਨਤਾਂ ਕਰੀਆਂ ਸੀ ਜਾ ਕੇ ਆੜਤੀਆਂ ਦੇ ਅੱਗੇ ਬਣੂ ਜੇ ਫਸਲ ਮਰੀ ਬਣੂ ਜੇ ਫਸਲ ਮਰੀ ਓਏ ਸੀਨਾ ਤੱਕ ਤੱਕ ਕਰਕੇ ਧੜਕੇ ਮੇਰੇ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਫੀਸਾਂ ਵੀ ਭੇਜਣੀਆਂ ਫੀਸਾਂ ਵੀ ਭੇਜਣੀਆਂ ਮੁੰਡੇ ਨੂੰ ਪੜ੍ਹਨ ਭੇਜਣਾ ਲੰਡਨ ਓਏ ਸ਼ਾਇਦ ਦਿਨ ਫਿਰ ਜਾਵਣ ਆਪਣੀ ਟੁੱਟੀ ਕਿਸਮਤ ਗੰਢਣ ਕੀ ਖਬਰ ਵਿਚਾਰੇ ਨੂੰ ਕੀ ਖਬਰ ਵਿਚਾਰੇ ਨੂੰ ਆਊਗਾ ਖਾਲੀ ਹੱਥ ਹੀ ਪੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਦੇਣੀ ਕਿਸ਼ਤ ਟਰੈਕਟਰ ਦੀ ਲੈ ਬੈਠੇ ਕੁਝ ਵੱਡੇ ਓਏ ਤੂੰ ਬਲਦ ਹੀ ਚੰਗੇ ਸੀ ਤੇ ਲੱਖ ਗੁਣਾ ਚੰਗੇ ਸੀ ਗੱਡੇ ਪਾ ਫਾਹੇ ਗਲ ਮੰਗੜਾ ਪਾ ਫਾਹੇ ਗਲ ਮੰਗੜਾ ਓਏ ਤਾਈਓਂ ਮਰੇ ਕਈ ਸੂਲੀ ਝੜਕੇ ਮੇਰੇ ਦਾਤਿਆ ਮੇਰ ਗਲੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਕਰਜ਼ੇ ਲੱਥਣ ਸਿਰਾਂ ਤੋਂ ਰੁੱਤ ਸੋਹਣੀ ਆਵੇ ਮੰਗਲਾ ਕੋਈ ਕਿਸਾਨ ਨਾ ਗਲ ਫਾਹਾ ਪਾਵੇ ਅੱਗ ਲੱਗੇ ਨਾ ਪੱਕੀ ਹੋਈ ਫਸਲ ਦੀ ਰੁੱਤੇ ਬਾਬਾ ਨਾਨਕ ਮਿਹਰ ਕਰੇ ਅੰਨਦਾਤੇ ਉੱਤੇ।